ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ ਯੂਟਿਊਬ ਚੈਨਲ 'ਤੇ। ਅੱਜ ਤੁਹਾਡੇ ਲਈ ਬਹੁਤ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਆਇਆ ਹਾਂ, ਜੋ ਕਿ ਪੰਜਾਬ ਬੈਂਕ ਕਲਰਕ ਭਰਤੀ ਦਾ ਨਿਕਲ ਕੇ ਆ ਚੁੱਕਾ ਹੈ ਜੀ, ਜਿਸ ਦੇ ਵਿੱਚ ਤੁਸੀਂ ਪੂਰੇ ਪੰਜਾਬ ਤੋਂ ਕਿਤੋਂ ਵੀ ਹੋ ਤਾਂ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ। ਕਿੱਦਾਂ ਤੁਸੀਂ ਇਹਦੇ ਲਈ ਅਪਲਾਈ ਕਰਨਾ ਹੈ, ਕੌਣ ਕੌਣ ਅਪਲਾਈ ਕਰ ਸਕਦਾ ਹੈ, ਪੂਰੀ ਜਾਣਕਾਰੀ ਤੁਹਾਨੂੰ ਅੱਜ ਦੀ ਇਸ ਵੀਡੀਓ 'ਚ ਦੇਵਾਂਗਾ। ਸੋ ਵੀਡੀਓ ਨੂੰ ਐਂਡ ਤੱਕ ਪੂਰਾ ਜ਼ਰੂਰ ਦੇਖਿਓ। ਫਸਟ ਟਾਈਮ ਚੈਨਲ 'ਤੇ ਆਏ ਹੋ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਅਤੇ ਨਾਲ ਦੇ ਨਾਲ ਬੈਲ ਆਈਕਨ ਵੀ ਦਬਾ ਲਿਓ, ਤਾਂ ਕਿ ਹਰ ਇੱਕ ਰਿਕਰੂਟਮੈਂਟ ਅਪਡੇਟ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇ ਅਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਅਪਲਾਈ ਕਰ ਪਾਓ। ਵੈਕੇਂਸੀਜ਼ ਦੀ ਗੱਲ ਕਰੀਏ ਤਾਂ ਹੋਰ ਬਹੁਤ ਸਾਰੀਆਂ ਵੈਕੇਂਸੀਜ਼ ਨੇ ਜਿਨ੍ਹਾਂ ਨੂੰ ਤੁਸੀਂ ਸਾਡੀ ਵੈਬਸਾਈਟ 'ਤੇ ਜਾ ਕੇ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ, ਜਿਹਦੇ ਲਈ ਸਿੰਪਲੀ ਤੁਸੀਂ ਗੂਗਲ 'ਚ ਜਾਣਾ ਹੈ ਔਰ ਉੱਥੇ ਜਾ ਕੇ ਤੁਸੀਂ ਟਾਈਪ ਕਰਨਾ ਹੋਏਗਾ ਮੀਤ ਅਕੈਡਮੀ .xyz, ਅਤੇ ਫਸਟ ਨੰਬਰ ਤੁਹਾਨੂੰ ਸਾਡੀ ਵੈਬਸਾਈਟ ਜਿਹੜੀ ਹੈ ਜੀ ਉਹ ਮਿਲ ਜਾਵੇਗੀ, ਉੱਥੋਂ ਤੁਸੀਂ ਸਾਰੇ ਜੋਬ ਰਿਲੇਟਡ ਅਪਡੇਟ ਜਿਹੜੇ ਨੇ ਤੁਸੀਂ ਲੈ ਹੀ ਸਕਦੇ ਹੋ। ਅਤੇ ਚਲੋ ਚੱਲਦੇ ਹਾਂ ਜੀ ਰਿਕਰੂਟਮੈਂਟ ਅਪਡੇਟ ਦੇ ਉੱਪਰ, ਅਤੇ ਉੱਥੇ ਚੱਲ ਕੇ ਬਾਕੀ ਦੀ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰਦਾ। ਬਾਕੀ ਤੁਹਾਡੇ ਮਨ 'ਚ ਕਿਸੇ ਤਰ੍ਹਾਂ ਦਾ ਕੋਈ ਵੀ ਡਾਊਟ ਹੈ ਤਾਂ ਤੁਸੀਂ ਕਮੈਂਟ ਬਾਕਸ 'ਚ ਕਮੈਂਟ ਕਰਕੇ ਦੱਸ ਹੀ ਸਕਦੇ ਹੋ। ਅਤੇ ਚਲੋ ਚੱਲਦੇ ਹਾਂ ਜੀ ਰਿਕਰੂਟਮੈਂਟ ਅਪਡੇਟ ਦੇ ਉੱਪਰ। ਸਭ ਤੋਂ ਪਹਿਲਾਂ ਗੱਲ ਕਰੀਏ ਤਾਂ ਇਸ ਦੇ ਲਈ ਮੇਲ ਅਤੇ ਫੀਮੇਲ ਦੋਨੋਂ ਹੀ ਕੈਂਡੀਡੇਟ ਐਲੀਜੀਬਲ ਨੇ ਅਤੇ ਅਪਲਾਈ ਇਹਦੇ ਲਈ ਕਰ ਸਕਦੇ ਨੇ ਜੀ। ਉਸ ਤੋਂ ਬਾਅਦ ਨੈਕਸਟ ਗੱਲ ਕਰਾਂ ਇਹਦੇ ਲਈ ਫਰੈਸ਼ਰਸ ਕੈਂਡੀਡੇਟ ਜਿਹੜੇ ਨੇ ਐਲੀਜੀਬਲ ਹੋਣਗੇ ਅਤੇ ਅਪਲਾਈ ਕਰ ਪਾਣਗੇ। ਔਰ ਇਸ ਦੇ ਵਿੱਚ ਅਗਰ ਮੈਂ ਗੱਲ ਕਰਾਂ ਤੁਹਾਡੀ ਜਿਹੜੀ ਐਪਲੀਕੇਸ਼ਨ ਫੀ ਹੈ ਉਹ ਸਾਰਿਆਂ ਲਈ ਸੇਮ ਰਹਿਣ ਵਾਲੀ ਹੈ, ਜਿਸ ਦੇ ਵਿੱਚ ਤੁਹਾਡੀ 600+ ਐਪਲੀਕੇਬਲ ਟੈਕਸਿਸ ਜਿਹੜੇ ਨੇ ਉਹ ਰਹਿਣਗੇ, ਤਾਂ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ। ਚਾਹੇ ਤੁਸੀਂ ਕਿਸੇ ਵੀ ਕੈਟਾਗਰੀ ਤੋਂ ਜਨਰਲ, OBC, AWS, ਤੁਹਾਡੀ ਐਪਲੀਕੇਸ਼ਨ ਫੀ ਜਿਹੜੀ ਹੈ ਜੀ ਉਹ ਸੇਮ ਹੀ ਰਹਿਣ ਵਾਲੀ ਹੈ ਜੀ। ਉਸ ਤੋਂ ਬਾਅਦ ਨੈਕਸਟ ਗੱਲ ਕਰੀਏ ਇੱਥੇ ਕਲਰਕ ਦੀਆਂ 62 ਪੋਸਟਾਂ ਜਿਹੜੀਆਂ ਨੇ ਟੋਟਲ ਆਊਟ ਕੀਤੀਆਂ ਗਈਆਂ ਨੇ, ਜਿਸ ਦੇ ਵਿੱਚ ਜਿਨ੍ਹਾਂ ਕੈਂਡੀਡੇਟਸ ਨੇ ਜਿਹੜੀ 24 ਦੀ ਏਜ ਹੈਗੀ ਉਹਨਾਂ ਦੀ ਉਹ ਅਪਲਾਈ ਕਰ ਸਕਦੇ ਨੇ ਗ੍ਰੈਜੂਏਸ਼ਨ ਵਾਲੇ, ਅਤੇ ਇਸੇ ਦੇ ਨਾਲ 26 ਸਾਲ ਦੀ ਤੁਹਾਡੀ ਜਿਹੜੀ ਏਜ ਹੈਗੀ ਆ ਪੋਸਟ ਗ੍ਰੈਜੂਏਸ਼ਨ ਵਾਲਿਆਂ ਦੀ ਤਾਂ ਉਹਦੇ ਲਈ ਅਪਲਾਈ ਕਰ ਸਕਦੇ ਨੇ ਜੀ। ਉਸ ਤੋਂ ਬਾਅਦ ਨੈਕਸਟ ਅਗਰ ਅਸੀਂ ਗੱਲ ਕਰੀਏ ਇੱਥੇ ਤੁਹਾਡੀਆਂ ਜਿਹੜੀ ਵੈਕੈਂਸੀ ਹੈ ਇਹਦੇ ਲਈ ਤੁਹਾਡੀ ਬੈਚਲਰ ਡਿਗਰੀ ਰਿਕੁਆਇਰਡ ਹੈ ਜੀ ਮਿਨੀਮਮ, ਤਾਂ ਤੁਸੀਂ ਅਪਲਾਈ ਕਰ ਪਾਓਗੇ ਇਹਦੇ ਲਈ। ਤੁਹਾਡੀ ਸੈਲਰੀ ਜਿਹੜੀ ਹੈ ਜੀ ਉਹ ਤੁਹਾਡੀ 51,618 ਰੁਪਏ ਜਿਹੜੀ ਹੈ ਜੀ ਉਹ ਇਸ ਦੇ ਵਿੱਚ ਰਹਿਣ ਵਾਲੀ ਹੈ। ਅਤੇ ਉਸ ਤੋਂ ਬਾਅਦ ਨੈਕਸਟ ਅਗਰ ਅਸੀਂ ਗੱਲ ਕਰੀਏ ਇੱਥੇ ਤੁਹਾਡੀਆਂ ਵੈਕੈਂਸੀਜ਼ ਦੇ ਲਈ, ਤਾਂ ਤੁਸੀਂ ਇਹਦੇ ਲਈ ਔਨਲਾਈਨ ਅਪਲਾਈ ਕਰਨਾ ਹੈ, ਕੋਈ ਵੀ ਅਦਰ ਮੋਡ ਜਿਹੜਾ ਅਪਲਾਈ ਕਰਨ ਦਾ ਉਹ ਨਹੀਂ ਹੈ ਜੀ। ਸਭ ਤੋਂ ਪਹਿਲਾਂ ਤਾਂ ਰਜਿਸਟ੍ਰੇਸ਼ਨ ਤੁਸੀਂ ਕਰਨੀ ਹੈ ਜੀ ਇਹਦੇ ਲਈ। ਰਜਿਸਟ੍ਰੇਸ਼ਨ ਕੰਪਲੀਟ ਹੋਣ ਤੋਂ ਬਾਅਦ ਤੁਸੀਂ ਲੌਗਇਨ ਕਰਨਾ ਹੋਏਗਾ, ਔਰ ਲੌਗਇਨ ਕਰਨ ਤੋਂ ਬਾਅਦ ਤੁਸੀਂ ਔਨਲਾਈਨ ਐਪਲੀਕੇਸ਼ਨ ਫਾਰਮ ਜਿਹੜਾ ਉਹ ਭਰਨਾ ਹੈ ਅਤੇ ਭਰ ਕੇ ਸਬਮਿਟ ਕਰ ਦੇਣਾ ਹੋਏਗਾ। ਆਪਣੇ ਵੱਲੋਂ PDF ਜਿਹੜੇ ਨੇ ਉਹ ਪ੍ਰੋਪਰ ਰੈਡੀ ਰੱਖਣਾ ਤੁਸੀਂ, ਠੀਕ ਹੈ ਜੀ, ਆਪਣੇ ਜਿਹੜੇ ਡਾਕੂਮੈਂਟ ਉਹਨੂੰ PDF ਫਾਰਮੈਟ ਦੇ ਵਿੱਚ, ਤਾਂ ਕਿ ਤੁਹਾਡੀ ਜਿਹੜੀ ਅਪਲਾਈ ਜਿਹੜਾ ਪ੍ਰੋਪਰ ਹੋ ਸਕੇ। ਅਤੇ ਇਸ ਦੇ ਬਾਅਦ ਸਬਮਿਟ ਕਰ ਦੋਗੇ ਤਾਂ ਸਬਮਿਟ ਹੋ ਜਾਏਗਾ, ਅਤੇ ਫਿਰ ਵੀ ਅਗਰ ਤੁਹਾਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਕਮੈਂਟ ਬਾਕਸ 'ਚ ਕਮੈਂਟ ਕਰਕੇ ਦੱਸ ਹੀ ਸਕਦੇ ਹੋ। ਸੋ ਇਹ ਸੀਗਾ ਅੱਜ ਦਾ ਨੋਟੀਫਿਕੇਸ਼ਨ ਜਿਹੜਾ ਕਿ ਬੈਂਕ ਕਲਰਕ, ਜਿਹਦੇ ਵਿੱਚ ਤੁਸੀਂ ਜਿਹੜਾ ਜੀ ਕਿਤੋਂ ਵੀ ਹੋ ਆਲ ਇੰਡੀਆ ਤੋਂ, ਤਾਂ ਤੁਸੀਂ ਇਹਦੇ ਲਈ ਅਪਲਾਈ ਜਿਹੜਾ ਉਹ ਕਰਨਾ ਹੋਏਗਾ। ਸੋ ਇਹ ਸੀਗਾ ਅੱਜ ਦਾ ਨੋਟੀਫਿਕੇਸ਼ਨ, ਅਤੇ ਹੁਣ ਮੈਂ ਤੁਹਾਨੂੰ ਮਿਲਾਂਗਾ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੀਂ ਵੀਡੀਓ ਦੇ ਵਿੱਚ। ਤਦ ਤੱਕ ਦੇ ਲਈ ਧੰਨਵਾਦ ਜੀ।